कोरोना ਤੋਂ ਹੁਣ छुटकारे ਦੀ ਉਮੀਦ ਉਦੋਂ ਹੋਰ ਵੱਜ ਚੁੱਕੀ ਹੈ ਜਦੋਂ ਮਡਰਨਾ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੀ ਵੈਕਸੀਨ 94.5% ਅਸਰਦਾਰ ਹੈ ਮਡਰਨਾ ਆਪਣੇ ਕੋਵਿਡ-19 ਟੀਕੇ ਦੇ ਉਮੀਦਵਾਰ ਬਾਰੇ ਵਾਦਾ ਖਬਰਾਂ ਸਾਂਝੀਆਂ ਉਦੋਂ ਕਰ ਚੁੱਕੀ ਹੈ ਉਸ ਤੋਂ ਇੱਕ ਹਫ਼ਤੇ ਬਾਅਦ ਹੀ ਫਾਈਜ਼ਰ ਨੇ ਵੀ ਅਜਿਹਾ ਦਾਵਾ ਕਰ ਦਿੱਤਾ ਹੈ ਹਾਲਾਂਕਿ ਅਧਿਕਾਰੀ ਜ਼ੋਰ ਦੇ ਕੇ ਇਹ ਗੱਲ ਕਹਿ ਰਹੇ ਨੇ ਕਿ ਸੰਭਾਵਨਾ ਨਹੀਂ ਹੈ ਕਿ ਸਾਲ ਦੇ ਅੰਤ ਤੋਂ ਪਹਿਲਾਂ ਕੋਈ ਵੀ ਟੀਕਾ ਬਹੁਤ ਜਲਦੀ ਆਵੇ ਇਹ ਦਾਵਾ ਅਸਲ ਦੇ ਵਿੱਚ ਆਖਰੀ ਸਟੇਜ ਦੇ ਕਲੀਨिकल ਟਰਾਇਲ ਦੇ ਨਤੀਜਿਆਂ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਖਾਸ ਗੱਲ ਹੈ ਕਿ ਵੈਕਸੀਨ 2 ਤੋਂ 8 ਡਿਗਰੀ ਸੈਲਸੀਅਸ ਤਾਪਮਨ ਦੇ ਵਿੱਚ 30 ਦਿਨ ਤੱਕ ਸੁਰੱਖਿਅਤ ਰਹਿ ਸਕਦੀ ਹੈ ਫੇਜ਼ 3 ਦੇ ਟਰਾਇਲ ਦੇ ਵਿੱਚ ਅਮਰੀਕਾ ਦੇ ਵਿੱਚ 30000 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਦੇਖਦੇ ਆਂ ਇੱਕ ਰਿਪੋਰਟ ਅਮਰੀਕੀ ਕੰਪਨੀ ਮਰਡਰਨਾ ਦੇ ਵੱਲੋਂ ਵੈਕਸੀਨ ਸੰਬੰਧੀ ਹੁਣ ਦਾਵਾ ਕੀਤਾ ਜਾ ਰਿਹਾ ਹੈ ਦਾਵਾ ਹੈ ਕਿ ਸਾਡੀ ਵੈਕਸੀਨ 94.5 ਫੀਸਦੀ ਅਸਰਦਾਰ ਤੇ 8 ਡਿਗਰੀ ਟੈਂਪਰੇਚਰ ਦੇ ਵਿੱਚ 30 ਦਿਨ ਤੱਕ ਸੁਰੱਖਿਅਤ ਰਹਿ ਸਕਦੀ ਹੈ ਇਹ ਦਾਵਾ ਮਰਡਰਨਾ ਨੇ ਆਖਰੀ ਸਟੇਜ ਕਲੀਨिकल ਟਰਾਇਲ ਦੇ ਨਤੀਜਿਆਂ ਦੇ ਆਧਾਰ ਤੇ ਕੀਤਾ ਹੈ ਅਮਰੀਕਾ ਦੀ ਬਾਇਓਟੈਕ ਕੰਪਨੀ ਮਰਡਰਨਾ ਨੇ ਸੋਮਵਾਰ ਨੂੰ ਕੋਵਿਡ-19 ਵੈਕਸੀਨ ਦਾ ਐਲਾਨ ਕੀਤਾ ਹੈ ਕੰਪਨੀ ਦਾ ਦਾਵਾ ਹੈ ਕਿ ਇਹ ਵੈਕਸੀਨ ਕਰੋਨਾ ਦੇ ਮਰੀਜ਼ਾਂ ਨੂੰ ਬਚਾਉਣ ਦੇ ਵਿੱਚ 94 3.5 ਫੀਸਦੀ ਤੱਕ ਅਸਰ دار ਹੈ ਇਹ ਦਾਵਾ ਆਖਰੀ ਸਟੇਜ ਕਲੀਨਿਕਲ ਟਰਾਇਲ ਦੇ ਨਤੀਜਿਆਂ ਦੇ ਆਧਾਰ ਤੇ ਕੀਤਾ ਗਿਆ ਹੈ ਖਾਸ ਕਰਕੇ ਇਹ ਹੈ ਕਿ ਇਹ ਵੈਕਸੀਨ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ 30 ਦਿਨ ਤੱਕ ਸੁਰੱਖਿਅਤ ਰਹਿ ਸਕਦੀ ਹੈ ਕੰਪਨੀ ਨੇ ਦੱਸਿਆ ਕਿ ਫੇਜ਼ 3 ਦੇ ਟਰਾਇਲ ਦੇ ਵਿੱਚ ਅਮਰੀਕਾ ਦੇ ਵਿੱਚ 30000 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਹਨਾਂ ਦੇ ਵਿੱਚ 65 ਤੋਂ ਜ਼ਿਆਦਾ ਹਾਈ ਰਿਸਕ ਕੰਡੀਸ਼ਨ ਵਾਲੇ ਤੇ ਵੱਖ-ਵੱਖ ਕਮਿਊਨਿਟੀ ਦੇ ਲੋਕ ਸ਼ਾਮਿਲ ਸੀ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਸਟੀਫਨ ਬੈਂਸਲ ਨੇ ਇਸ ਕਾਮਯਾਬੀ ਨੂੰ ਵੈਕਸੀਨ ਦੇ ਡਿਵੈਲਪਮੈਂਟ ਦੇ ਵਿੱਚ ਇੱਕ ਅਹਿਮ ਪਾਲ ਕਰਾਰ ਦਿੱਤਾ ਹੈ ਇਸ ਤੇ ਕੰਪਨੀ ਜਨਵਰੀ ਦੀ ਸ਼ੁਰੂਆਤ ਤੋਂ ਕੰਮ ਕਰ ਰਹੀ ਹੈ emergancy ਦੇ ਵਿੱਚ vaccine ਦੇ ਇਸਤੇਮਾਲ ਦੀ ਮਨਜ਼ੂਰੀ ਦੇ ਲਈ Moderna ਨੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ Food and Drug Administration ਦੇ ਕੋਲ ਐਪਲੀਕੇਸ਼ਨ ਦੇਣ ਦੀ ਯੋਜਨਾ ਬਣਾਈ ਹੈ ਉਮੀਦ ਜਾਈ ਜਾ ਰਹੀ ਹੈ ਕਿ ਸਾਲ ਦੇ ਅਖੀਰ ਤੱਕ ਅਮਰੀਕਾ ਦੇ ਵਿੱਚ ਇਸ vaccine ਦੀ 2 ਕਰੋੜ ਡੋਜ਼ ਮਿਲ ਜਾਣਗੀਆਂ ਅਗਲੇ ਸਾਲ ਤੱਕ ਦੁਨੀਆ ਦੇ ਵਿੱਚ 50 ਕਰੋੜ ਤੋਂ 8 ਅਰਬ ਡੋਜ਼ ਬਣਾਉਣ ਦੀ ਯੋਜਨਾ ਹੈ ਇਸ ਤੋਂ ਪਹਿਲਾਂ ਅਮਰੀਕਾ ਦੀ ਹੀ ਕੰਪਨੀ Pfizer ਤੇ ਉਹਨਾਂ ਦੇ ਸਹਿਯੋਗੀ ਜਰਮਨੀ ਦੀ BioNTech ਨੇ 90% ਤੋਂ ਜ਼ਿਆਦਾ ਕਾਰਗਰ vaccine ਦਾ ਅਸਰ 92% ਰਹਿਣ ਦਾ ਦਾਅਵਾ ਕੀਤਾ ਸੀ ਅਮਰੀਕਾ ਦੀ ਇੱਕ ਹੋਰ ਕੰਪਨੀ ਜੌਨਸਨ ਐਂਡ ਜੌਨਸਨ ਨੇ ਕੋਵਿਡ-19 ਦੀ ਰੋਕਥਾਮ ਦੇ ਲਈ ਆਪਣੀ ਵੈਕਸੀਨ ਦੇ ਡੋਸ ਦਾ ਫੇਜ਼ ਤੇ ਜੇ ਟ్రਾਇਲ ਸ਼ੁਰੂ ਕਰ ਦਿੱਤੇ ਨੇ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨ ਨੂੰ ਬਹੁਤ ਠੰਡੇ ਤਾਪਮਨ ਵਿੱਚ ਰੱਖਣ ਦੀ ਲੋੜ ਨਹੀਂ ਪਵੇਗੀ ਇਸ ਨੂੰ 2 ਤੋਂ 3 ਡਿਗਰੀ ਸੈਲਸੀਅਸ ਤਾਪਮਨ ਦੇ ਵਿੱਚ 30 ਦਿਨ ਦੇ ਲਈ ਰੈਫ੍ਰਿਜਰੇਟ ਕੀਤਾ ਜਾ ਸਕਦਾ ਹੈ ਇਸ ਸਮੇਂ ਬਾਇਓ ਐਂਟੈਕ ਤੇ ਫਾਈਜ਼ਰ ਦੀ ਵੈਕਸੀਨ ਦੀ ਤੁਲਨਾ ਦੇ ਵਿੱਚ ਕਾਫੀ ਜ਼ਿਆਦਾ ਇਹ 20 ਡਿਗਰੀ ਸੈਲਸੀਅਸ ਤਾਪਮਨ ਦੇ ਵਿੱਚ 6 ਮਹੀਨੇ ਤੱਕ ਦੇ ਕਮਰੇ ਦੇ ਇੱਕ ਬਰਾਬਰ ਤਾਪਮਨ ਦੇ ਵਿੱਚ 24 ਘੰਟੇ ਤੱਕ ਸੁਰੱਖਿਅਤ ਰਹਿ ਸਕਦੀ ਹੈ ਫਾਈਜ਼ਰ ਦੀ ਵੈਕਸੀਨ ਨਾਰਮਲ ਫ੍ਰੀਜ਼ ਦੇ ਵਿੱਚ ਮਹਿਜ਼ 5 ਦਿਨ ਤੱਕ ਸੁਰੱਖਿਅਤ ਰਹਿ ਸਕਦੀ ਹੈ ਜ਼ਿਆਦਾ ਸਮੇਂ ਤੱਕ ਸਟੋਰੇਜ ਦੇ ਲਈ ਉਸ ਨੂੰ 70 ਡਿਗਰੀ ਸੈਲਸੀਅਸ ਤੇ ਰੱਖਣਾ ਪਵੇਗਾ ਅਜੇ ਵੈਕਸੀਨ ਨੂੰ ਵੱਡੀ ਆਬਾਦੀ ਤੱਕ ਪਹੁੰਚਾਉਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਉਸ ਦੇ ਸਟੋਰੇਜ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਹੀ ਹੈ ਇਹ ਵੈਕਸੀਨ ਨਾਰਮਲ ਤਾਪਮਾਨ ਦੇ ਵਿੱਚ ਵੀ ਸੁਰੱਖਿਅਤ ਰਹਿੰਦੀ ਹੈ ਤਾਂ ਉਸ ਦੇ ਸਟੋਰੇਜ ਦੀ ਚਿੰਤਾ ਹੁਣ ਖਤਮ ਹੋ ਜਾਏਗੀ ਮਡਰਨਾ ਦੇ ਮੁਤਾਬਕ ਇੰਨਾ ਟੈਂਪਰੇਚਰ ਆਸਾਨੀ ਨਾਲ ਉਪਲਬਧ ਹੋਣ ਵਾਲੇ ਮੈਡੀਕਲ ਫਰੀਜ਼ਰ ਤੇ ਰੈਫਰਿਜਰੇਟਰ ਵਿੱਚ ਮੇਨਟੇਨ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਅਸੀਂ ਅਮਰੀਕਾ ਦੇ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਵੈਕਸੀਨ ਦੇ ਡਿਸਟ੍ਰੀਬਿਊਸ਼ਨ ਦੇ ਵਿੱਚ ਵੀ ਸક્ષਮ ਹੋਵਾਂਗੇ ਆਕਸਫੋਰਡ ਯੂਨੀਵਰਸਿਟੀ ਵਿੱਚ ਗਲੋਬਲ ਹੈਲ ਵਰਨਾਂ ਦੇ ਐਲਾਨ ਨੂੰ ਵਾਸਤਵ ਦੇ ਵਿੱਚ ਬਹੁਤ ਹੀ ਚੰਗੀ ਖਬਰ ਦੱਸਿਆ ਉਹਨਾਂ ਕਹਿ ਕੇ ਵਾਕਏ ਦੇ ਵਿੱਚ ਉਤਸ਼ਾਹ ਵਧਾਉਣ ਵਾਲਾ ਹੈ ਇਹ ਦਿਖਾਉਂਦਾ ਹੈ ਕਿ ਕੋਵਿਡ ਦੇ ਲਈ ਵੈਕਸੀਨ ਬਣਨ ਦੀ ਪੂਰੀ ਸੰਭਾਵਨਾ ਹੈ ਇਹ ਖਬਰ ਦੁਨੀਆ ਭਰ ਦੇ ਵਿੱਚ 13 ਲੱਖ ਤੋਂ ਜ਼ਿਆਦਾ ਮੌਤਾਂ ਦੀ ਵਜ੍ਹਾ ਬਣਨ ਵਾਲੀ ਤੇ ਪੂਰੀ ਦੁਨੀਆ ਦੇ ਵਿੱਚ ਆਰਥਿਕ ਉਤਲ-ਪੁਤਲ ਮਚਾਉਣ ਵਾਲੀ ਮਹਾਮਾਰੀ ਨੂੰ ਖਤਮ ਕਰਨ ਦੀ ਉਮੀਦ ਜਗਾਉਂਦੀ ਹੈ ਅਮਰੀਕਾ ਦੇ ਵਿੱਚ ਹੁਣ ਤੱਕ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 10 ਲੱਖ ਦਾ ਅੰਕੜਾ ਪਾਰ ਕਰ ਗਈ ਹੈ ਇਸ ਤੋਂ ਇਲਾਵਾ ਯੂਰਪ ਦੇ ਵਿੱਚ ਵੀ ਇਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਐਂਡ ਨੀ ਫੌਸੀ ਨੇ ਮਡਰਨਾ ਦੇ ਐਲਾਨ ਤੋਂ ਬਾਅਦ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਇਹ ਮਹਾਮਾਰੀ ਤੇ ਕਾਬੂ ਪਾਉਣ ਦੇ ਵਿੱਚ ਸਭ ਤੋਂ ਮਜ਼ਬੂਤ ਕਦਮ ਹੈ ਉਹਨਾਂ ਕੰਪਨੀ ਦੇ ਡਾਟਾ ਨੂੰ ਕਾਫੀ ਅਸਰਦਾਰ ਦੱਸਿਆ ਹੈ ਕੰਪਨੀ ਨੇ ਕਿਹਾ ਹੈ ਕਿ ਐਨਾਲਿਸਿਸ ਦੇ ਵਿੱਚ ਸੇਫਟੀ ਦੇ ਨਾਲ ਜੁੜਿਆ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਐਨਾਲਿਸਿਸ ਟਰਾਇਲ ਦੇ ਵਿੱਚ ਸ਼ਾਮਲ 95 ਕਰੋਨਾ ਮਰੀਜ਼ਾਂ ਦੇ ਆਧਾਰ 'ਤੇ ਫੌਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਦਸੰਬਰ ਦੇ ਅਖੀਰ ਤੱਕ ਮਡਰਨਾ ਤੇ ਫਾਈਜ਼ਰ ਦੋਵਾਂ ਹੀ ਵੈਕਸੀਨ ਹਾਈ ਰਿਸਕ ਕੈਟਾਗਰੀ ਦੇ ਲੋਕਾਂ ਦੇ ਲਈ ਉਪਲਬਧ ਹੋ ਜਾਣਗੇ ਉਹਨਾਂ ਕਹੇ ਕਿ ਇਸ ਦੇ ਬਾਵਜੂਦ ਸਾਨੂੰ ਲੋਕਾਂ ਨੂੰ ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਰੱਖਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ ਹੁਣ ਕਈ ਮਾਹਰ ਤੇ ਵਿਗਿਆਨੀ ਇਸ ਨੂੰ ਗੇਮ ਚੇਂਜਰ ਦੇ ਰੂਪ ਚ ਦੇਖ ਰਹੇ ਨੇ ਪਰ ਨਾਲ ਹੀ ਚੇਤਾਵਨੀ ਦੇ ਰਹੇ ਨੇ ਕਿ ਹਰ ਵਿਅਕਤੀ ਨੂੰ ਟੀਕਾ ਲੱਗਣ ਤੋਂ ਪਹਿਲਾਂ ਲੰਮਾ ਸਮਾਂ ਲੱਗ ਸਕਦਾ ਹੈ ਕੈਨੇਡਾ ਨੇ ਵੀ ਫਾਈਜ਼ਰ ਕੰਪਨੀ ਦੇ ਟੀਕੇ ਦੀਆਂ ਲੱਖਾਂ ਖੁਰਾਕਾਂ ਦੇ ਅਧਿਕਾਰ ਖਰੀਦੇ ਨੇ ਪਰ ਪ੍ਰਧਾਨ ਮੰਤਰੀ ਟ੍ਰੂਡੋ ਨੇ ਕਿਹਾ ਕਿ ਜੇ ਸ਼ੁਰੂਆਤੀ ਦੌਰ ਵਧਿਆ ਰਿਹਾ ਤਾਂ ਸਰਕਾਰ ਹੋਰ ਖਰੀਦ ਕਰੇਗੀ ਕੁਲ ਮਿਲਾ ਕੇ ਕੈਨੇਡਾ ਦੇ ਕਈ ਉਤਪਾਦਕਾਂ ਦੇ ਕੋਲ ਲੱਖਾਂ ਟੀਕੇ ਖਰੀਦਣ ਦੇ ਇਕਰਾਰਨਾਮੇ ਨੇ ਕੀਤੇ ਅਜਮਾਸ਼ਾਂ ਦੀ ਖਬਰ ਨੂੰ ਬਹੁਤ ਹੀ ਉਤਸ਼ਾਹਜਨਕ ਦੱਸਿਆ ਇਸ ਦੇ ਸੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ